ਇਹ ਚਾਬੀਆਂ ਮੇਰੇ ਕੋਲ ਨੇ ਤੇ ਮੈਂ ਚਾਬੀਆਂ ਨਾਲ ਆ ਮਾਤਾ ਜੀ ਲਓ ਜੀ ਚਾਬੀ ਇਹਦਾ ਕੋਈ ਵੀ ਕਾਨੂੰਨੀ ਕਾਰਵਾਈ ਕਿੱਦਾਂ ਜਿੱਦਾਂ ਦੀ ਵੀ ਹੈਗੀ ਆ ਉਹ ਕਰਮ ਸਿੰਘ ਕਰਾਉਣ ਦਾ ਆਹਵਾਨ ਦਾ ਹੈਗਾ ਠੀਕ ਆ ਜੀ ਠੀਕ ਆ ਜੀ ਇਹ ਸਾਰਾ ਰੋਲਾ ਨਿਬੇੜਨ ਦਾ ਸਿਰ ਹੈ ਜੀ ਸਾਡੇ ਪਰਿਵਾਰ ਸਾਹਿਬ ਨੂੰ ਆ ਫਰਾਡ ਨਕਲੀ ਕਾਗਜ਼ ਦਾ ਸਾਰਾ ਕੁਝ ਆ ਸਕੈਂਡਲ ਹੋਇਆ ਤੇ ਮਾਨ ਸਾਹਿਬ ਕੁਛ ਕਰਨਗੇ ਉਹ ਇਨਸਾਫ ਜਿਹੜਾ ਕ੍ਰਾਈਮ ਕ੍ਰਾਈਮ ਹੋਇਆ ਉਹਦੀ ਪਨਿਸ਼ਮੈਂਟ ਇਹ ਲੋਕਾਂ ਨੂੰ ਜ਼ਰੂਰ ਦੇਣਗੇ ਆਹ ਤਾਂ ਮੰਮੀ ਨੂੰ ਸਾਡੇ ਬਸ ਚਾਬੀਆਂ ਮਿਲੀਆਂ ਵਾਪਸ ਅਸੀਂ ਘਰ ਲੈ ਕੇ ਜਾਵਾਂਗੇ ਪਰ ਜਿਹੜੀ ਲੜਾਈ ਹੈ ਸੱਚ ਦੀ ਅਸੀਂ ਚਾਹੁੰਦੇ ਹਾਂ ਵੀ ਇਹਦਾ ਐਂਡ ਹੋਵੇ NRI ਕੁਲਦੀਪ ਤਾਲੀਵਾਲ ਦੇ ਨਾਲ ਅਤੇ ਅਮਰਜੀਤ ਕੌਰ ਦੇ ਨਾਲ ਜਿਹੜੇ ਲੋਕੋ ਵਾਲੇ ਰਹਿਣ ਵਾਲੇ ਸੀਗੇ ਜਿਹਨਾਂ ਦੀ ਕੋਠੀ ਦਾ ਰੌਲਾ ਸੀਗਾ ਕਰਮ ਸਿੰਘ ਦੇ ਨਾਲ ਅਤੇ ਅਸ਼ੋਕ ਕੁਮਾਰ ਦੇ ਨਾਲ ਅਤੇ ਮਾਨੂਕੇ ਸਾਹਿਬ ਦੇ ਉਹ ਹੁਣ ਮੁੱਕ ਗਿਆ ਹੈਗਾ ਉਹਦੀਆਂ ਚਾਬੀਆਂ ਮੇਰੇ ਕੋਲ ਨੇ ਮੈਂ ਚਾਬੀਆਂ ਨਾਲ ਆ ਮਾਤਾ ਜੀ ਲਓ ਜੀ ਚਾਬੀ ਲਓ ਜੀ ਜਿਹਦਾ ਕੋਈ ਵੀ ਕਾਨੂੰਨੀ ਕਾਰਵਾਈ ਕਿੱਦਾਂ ਜਿੱਦਾਂ ਦੀ ਵੀ ਹੈਗੀ ਆ ਉਹ ਕਰਮ ਸਿੰਘ ਕਰਾਉਣ ਦਾ ਆਹਵਾਨ ਦਾ ਹੈਗਾ ਠੀਕ ਆ ਜੀ ਠੀਕ ਆ ਜੀ ਇਹ ਸਾਰਾ ਰੌਲਾ ਨਿਬੇੜਨ ਦਾ ਸਿਰ ਹੈ ਜੀ ਸਾਡੇ ਪਰਿਵਾਰ ਸਾਹਿਬ ਨੂੰ ਆ ਕੋਠੀ ਦਾ ਡਿਸਪਿਊਟ ਸੀ ਉਹ ਖਤਮ ਹੋ ਗਿਆ ਜੀ ਆਲਮੋਸਟ ਹੋ ਗਿਆ ਜੀ ਪਰ ਜਿਹੜਾ ਇਹ ਧੋਖਾ ਕਰੀ ਹੋਈ ਹੈ ਉਹਨੇ ਚਲੋ ਛੜੇ ਇੱਕ ਮਿੰਟ ਤੁਸੀਂ ਇੱਕ ਮਿੰਟ ਨਾਲੇ ਹਲੇ ਮਿਸਟਰ ਸਿਪਾਲ ਸਿੰਘ ਖੈਰਾ ਸਾਡੇ ਨਾਲ ਖੜੇ ਆ ਮਿਸਟਰ ਐਸ ਆਰ ਕਲੇਰ ਪਾਜੀ ਉਹ ਵੀ ਸਾਡੇ ਨਾਲ ਖੜੇ ਆ ਮਾਨਿਕ ਗੋਇਲ ਜੀ ਰਜਿੰਦਰ ਟੱਗਰ ਉਹ ਵੀ ਸਾਡੇ ਨਾਲ ਸਾਰੇ ਖੜੇ ਹੋਏ ਆ ਐਂਡ ਬਾਜਵਾ ਸਾਹਿਬ ਜਿਹੜੇ ਵੀ ਸਾਰੇ ਅਸੀਂ ਪੋਲੀਟੀਕਲ ਪਾਰਟੀ ਨਹੀਂ ਆ ਪਰ ਜਿੰਨੇ ਵੀ ਸਾਡੇ ਉਹਨਾਂ ਨੇ ਇਨਸਾਨੀਅਤ ਦੇ ਤੌਰ ਤੇ ਸਾਡੇ ਨਾਲ ਖੜੇ ਹੋਏ ਆ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰ ਰਹੇ ਹਾਂ ਅਸੀਂ ਇਹ ਵੀ ਕਹਿ ਰਹੇ ਹਾਂ ਸਾਨੂੰ ਹਾਲੇ ਤੱਕ ਮਾਨ ਸਾਹਿਬ 'ਤੇ ਬੁਰੀ ਉਮੀਦ ਹੈਗੀ ਆ ਵੀ ਸਾਨੂੰ ਜਿਹੜਾ ਇਹਨਾਂ ਜਿਹੜਾ ਫਰਾਡ ਨਕਲੀ ਕਾਗਜ਼ ਦਾ ਸਾਰਾ ਕੁਛ ਆ ਸਕੈਂਡਲ ਹੋਇਆ ਵੀ ਮਾਨ ਸਾਹਿਬ ਕੁਛ ਕਰਨਗੇ ਉਹ ਇਨਸਾਫ ਜਿਹੜਾ ਕ੍ਰਾਈਮ ਹੋਇਆ ਉਹਦੀ ਪਨਿਸ਼ਮੈਂਟ ਇਹ ਲੋਕਾਂ ਨੂੰ ਜ਼ਰੂਰ ਦੇਣਗੇ ਹਾਲੇ ਤੱਕ ਸਾਨੂੰ ਵਿਸ਼ਵਾਸ ਹੈਗਾ ਮਾਨ ਸਾਹਿਬ 'ਤੇ ਵੀ ਉਹ ਨਾ ਇਨਸਾਫੀ ਨਹੀਂ ਹੋਣ ਦੇਣਗੇ ਆਹ ਤਾਂ ਮੰਮੀ ਨੂੰ ਸਾਡੇ ਬਸ ਚਾਬੀਆਂ ਮਿਲੀਆਂ ਵਾਪਸ ਅਸੀਂ ਘਰ ਲੈ ਕੇ ਜਾਵਾਂਗੇ ਪਰ ਜਿਹੜੀ ਲੜਾਈ ਹੈ ਸੱਚ ਦੀ ਅਸੀਂ ਚਾਹੁੰਦੇ ਹਾਂ ਵੀ ਇਹਦਾ ਐਂਡ ਹੋਵੇ ਵੀ ਬਾਕੀ ਸਾਡੇ ਭੈਣਾਂ ਭਰਾਵਾਂ ਦੇ ਨਾਲ ਆ ਨਾ ਹੋਵੇ ਅੱਜ ਬਾਕੀ ਜਿਹੜੇ ਬਾਹਰ ਵੀ ਬੈਠੇ ਆ ਉਹਨਾਂ ਦੇ ਨਾਲ ਵੀ ਨਾ ਹੋਵੇ ਨਾਲੇ ਇੱਥੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਖੁਦ ਲੋਕੀ ਬੈਠੇ ਆ ਉਹਨਾਂ ਨੂੰ ਇੱਦਾਂ ਦੀ ਦਰਦ ਟੱਕਰਾਂ ਨਾ ਖਾਣੇ ਪਵੇ ਕਿਸੇ ਨੂੰ ਐਂਡ ਅਸੀਂ ਇਹੀ ਚਾਹੁੰਦੇ ਹਾਂ ਮਾਨ ਸਾਹਿਬ ਸਾਨੂੰ ਬਹੁਤ ਕੁਛ ਪਤਾ ਲੱਗਿਆ ਵੀ ਸਾਡੇ ਅੱਗੇ ਬਹੁਤ ਲੋਕੀ ਆ ਜਿਹਨਾਂ ਦੀਆਂ ਜ਼ਮੀਨਾਂ ਹਾਲੇ ਤੱਕ ਵੀ ਦੱਬੀਆਂ ਗਈਆਂ ਵੀ ਲੋਕੀ ਨਹੀਂ ਛੁਟਕਾਰਾ ਉਹਨਾਂ ਤੋਂ ਮਿਲਦਾ ਪਲੀਜ਼ ਉਹਨਾਂ ਦੀ ਬੇਨਤੀ ਸੁਣੋ ਉਹਨਾਂ ਦੀ ਮਦਦ ਕਰੋ ਸਾਡੇ ਵੱਲੋਂ ਤਾਂ ਇਸ਼ੂ ਬੈਚਾ ਹਾਲੇ ਵੀ ਮੈਂ ਕਹਿ ਰਹੀ ਹਾਂ ਮੈਡਮ MLA ਸਰਜੀਤ ਕੌਰ ਮਾਣੋਕੇ ਉਹਨਾਂ ਦੇ ਹਸਬੈਂਡ ਸੁਖਵਿੰਦਰ ਸਿੰਘ ਜਿਹੜਾ ਕਰਮ ਸਿੰਘ ਆ ਅਸ਼ੋਕ ਕੁਮਾਰ ਉਹਨਾਂ ਦੇ ਸਾਰਿਆਂ ਦੇ FIR ਲੱਗਣੀ ਚਾਹੀਦੀ ਆ ਹੱਕਦਾਰ ਉਹ ਦੇ FIR ਦੇ ਐਂਡ ਜਿਹੜੇ ਉਹਨਾਂ ਤੋਂ ਵੀ ਥੱਲੇ ਜਿਹਨਾਂ ਨੇ ਆਹ ਸਾਰਾ ਗਲਤ ਰਾਸਤਾ ਚੁਣਿਆ ਵੀ ਨਕਲੀ ਕਾਗਜ਼ ਬਣਾਉਣ ਨੂੰ ਰਜਿਸਟਰੀਜ਼ ਕਰਾਉਣ ਨੂੰ ਉਹਨਾਂ ਸਾਰਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੇ ਸਾਰਿਆਂ ਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਆ ਐਂਡ ਜਿਹੜੀ ਇਹਨਾਂ ਦੀ ਵਿਜੀਲ ਡਿਪਾਰਟਮੈਂਟ ਆ ਉਹਨਾਂ ਨੂੰ ਵੀ ਦਰਖਾਸਤ ਆ ਵੀ ਪਲੀਜ਼ ਤੁਸੀਂ ਸਹੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰੋ ਤੁਹਾਡੇ 'ਤੇ ਸਾਰਿਆਂ 'ਤੇ ਸਾਨੂੰ ਇਸ ਵਕਤ ਹਾਲੇ ਵਿਸ਼ਵਾਸ ਹੈਗਾ ਵਿਜੀਲ ਡਿਪਾਰਟਮੈਂਟ ਮੇਰੇ ਕੋਲ ਆ ਕੇ ਕੀਤਾ ਧੰਨਵਾਦ ਕਰਨਾ ਕਿ ਇਹਨਾਂ ਨੇ ਕਰ ਲਿਆ ਇਹ ਵਿਵਾਦ ਮੁੱਕ ਗਿਆ ਨਹੀਂ ਤੇ ਬਹੁਤ ਸਮਾਜ ਨੇ ਲੈ ਲੈਣਾ ਸੀ ਔਰ NRI ਪਰਿਵਾਰ ਨੂੰ ਵੀ ਕਾਫੀ ਨੁਕਸਾਨ ਸਰ ਜਿਹੜਾ ਇਹਦੇ ਤੇ ਮਾਲਕ ਸੀ ਕੋਠੀ ਦਾ ਕਰਮ ਸਿੰਘ ਵੀ ਉਹ ਕਹਿੰਦਾ ਸੀ ਵੀ ਜਿਹੜੇ ਕਾਗਜ਼ ਆ ਸਹੀ ਹੈਗੇ ਆ ਰਜਿਸਟਰੀ ਸਹੀ ਆ ਵੀ ਉਹਦੇ 'ਤੇ ਹੁਣ ਕੋਈ ਕਾਰਵਾਈ ਬੇਸ਼ੱਕ ਉਹਨੇ ਇਹ ਗੱਲ ਕਹੀ ਸੀਗੀ ਲੇਕਿਨ ਉਹਨੂੰ ਬਾਅਦ ਵਿੱਚ ਹੁਣ ਪਤਾ ਲੱਗ ਗਿਆ ਹੈਗਾ ਕਿ ਜਿਹੜੀ ਰਜਿਸਟਰੀ ਆ ਉਹਦੇ ਨਾਲ ਠੀਕ ਨਹੀਂ ਸੀ ਰਜਿਸਟਰੀ ਜਿਹਨੂੰ ਪਾਵਰ ਆਫ ਅਟੋਰਨੀ ਤੋਂ ਰਜਿਸਟਰੀ ਕਰਾਈ ਆ ਉਹ ਗਲਤ ਕੀਤੀ ਆ
ਜਿਹਦੇ ਕਰਕੇ ਉਹ ਮੰਨ ਗਿਆ ਤੇ ਉਹਨੂੰ ਆ ਕੇ ਇਹਨਾਂ ਦੇ ਚਾਬੀਆਂ ਜਿਹੜੀਆਂ ਆ ਗਈਆਂ ਦਿੱਤੀਆਂ ਹੈਂਡ ਓਵਰ ਕਰ ਦਿੱਤੀਆਂ ਬਿਲਕੁਲ ਜੀ ਕੋਰਟ ਵਿੱਚ ਹੀ ਜਾਵਾਂਗੇ ਦੋਨੋਂ ਪਾਰਟੀਆਂ ਨੂੰ ਲੈ ਕੇ ਜਾਵਾਂਗੇ ਕੋਰਟ ਵਿੱਚ ਇਹਨਾਂ ਦਾ ਜਿੱਥੋਂ ਤੱਕ ਹੋ ਸਕਦਾ ਆਪ ਸਾਥ ਦੇ ਕੇ ਇਹਨਾਂ ਦਾ ਮੁਕਾ ਦਾਂਗੇ ਜਿਹੜੀ ਤੀਸਰਾ ਦੋਸ਼ੀ ਅਸ਼ੋਕ ਕੁਮਾਰ ਫਿਲਹਾਲ ਜਿਹੜਾ ਫਰਾਰ ਹੈਗਾ ਆ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਡੀ ਐਸ ਪੀ ਸਾਹਿਬ ਸੁਖਮਿੰਦਰ ਵਿਰਕ ਜਿਹੜੇ ਉਹ ਵੀ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਨਾਲ ਦੀਆਂ ਪਾਰਟੀਆਂ ਅਤੇ ਜਲਦੀ ਉਹ ਸਾਡੇ ਗ੍ਰਿਫਤ ਵਿੱਚ ਆ ਗਏ